ਕਲੀਆਂ ਕੀਮਾ ਬਹਿ ਜਾ ਯਾਰ ਉਹ ਆਲੂ ਛੋਲੇ ਹੀ ਨਹੀਂ ਰਹੇ ਪਿਆੜੀਆਂ ਚ ਕਰ ਦੇਣਾ मिठे दिल दा काम दिल दा फलो फलो लग चल चाचा किन्नी किन्नी कर रहे आप पकाने च हवा किधर अगे थोड़ा जा सोना लगना चाहिए मेन एंट्री है सारे देखते हैं तेन पता ही मार सारे इधर कर दो इधर इधर हकीम रख दे लैके उड जाने इन्हें गुब्बारे ला दे चाचे खान जी जेड़ा ना शुभ शुभ देना शुभ शुभ बोलो अल्लाह की रहमत होनी है मार्केट की इंशाल्लाह मेनू तो यही बड़ी खुशी होर मिठा सुना तू आपो अपनी पैया किसी ने बगलगीरी नहीं की किसी ने नहीं किया मैं तो थक गया पकाने चक चक के चाचा जो नौ नौ मन का पकाना चुकना तो थक ही जाना फड़ मेरा ए चाचे खां ईद का देने अल्लाह ने रहमत की है तेरे मुंह से फिर भी नूर नहीं आया लेकिन मेरी एक गल सुन लो आ गुब्बारे अगे लाओ मास्टर कैम रिश्ता नजर आण इथे पिछे लुकोई जाने हकीम साहब ईद की खुशी सब दिया दस दस तस्वीर फ्री खिंचेगा जेड़ा मर्जी पहले खिंचवा लवे आजो ईद मुबारक ईद मेला ईद मेला ईद 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 छोटे कि छोटे तीन छोटे तीन है लेकिन गल पता की है हाँ जी जे घट वे फिर कौन जिम्मेदार होने जी घट नहीं क्योंकि वेखो तुसी सारे मेरे छोटे वीर हो मैं लाजमी देनी ईद गल है वा के छोटा छोटा वो तो पढ़ता नहीं पिया हाँ जी पढ़ता अठवीं ईद मिल लवा फिर आके तुम देना सारे यार मेरी गल सुनो हकीम है इस मार्केट का वड्डा बुजुर्ग सब तो सियाणा बंदा क्यों जी हाँ जी तो ठीक है तेरा हकूक बनता है इन्हें सारे बच्चों को कोई 100-150 ईद दवे शहीद मुबारक शुक्र सारे ही बच गए ईद मुबारक भाई खैर मुबारक माशाल्लाह जी माशाल्लाह जानी खा जी सुभान अल्लाह ईदां पहलियां
ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ ਦਿਹਾੜੀਆਂ ਲਾਉਣੀਆਂ, ਈਦ ਆਉਣੀ, ਨਵੇਂ ਕੱਪੜੇ, ਨਵੇਂ ਨੋਟ, ਰੁਪਈਏ ਰੁਪਈਏ ਵਾਲੇ, 2 ਰੁਪਏ ਵਾਲਾ ਨਵਾਂ ਨੋਟ, ਸਹੀ ਗੱਲ। ਓਏ ਹੋਏ ਹੋਏ ਹੋਏ, ਨਹੀਂ ਜੀ ਹੁਣ ਵੀ ਇੱਦਾਂ ਹੈ ਨਾ, ਬਸ ਉਹ ਆਲੂ ਛੋਲੇ ਹੀ ਨੀ ਰਹੇ, ਆਲੂ ਛੋਲਿਆਂ ਦਾ ਉਹ ਟੇਸਟ ਹੀ ਨਹੀਂ ਰਿਹਾ। ਆਲੂ ਛੋਲਿਆਂ ਨੂੰ ਤਾਂ ਅੱਜ ਕੱਲ ਚਾਟ ਬਣਾ ਦਿੰਦੇ, ਆਲੂ ਛੋਲਿਆਂ ਦੇ ਕੀ ਤੁੱਕ ਬਣਦਾ ਮਿੱਠੀ ਚਟਨੀ ਪਾਉਂਦਾ? ਉਹ ਕਿਹੜੇ ਆਲੂ ਛੋਲੇ ਹੁੰਦੇ ਜਿਹਨਾਂ ਦੇ ਉੱਤੇ ਮਿੱਠੀ ਚਟਨੀ, ਫਲਾਣੀ ਚਟਨੀ, ਇਹ ਦੂਜੀ ਸਾਰੀਆਂ ਮਿੱਠੀਆਂ ਚਟਨੀਆਂ ਪਾ ਕੇ ਗੁਲਕੰਦ ਬਣਾ ਦਿੰਦੇ ਆਲੂ ਛੋਲਿਆਂ? ਆਲੂ ਛੋਲੇ ਤੇ ਹੁੰਦੇ ਸੀ ਖੱਟਾ ਪਿਆਜ਼, ਆਲੂ ਵੀ ਇੰਜ ਕਰਨਾ ਤੇ ਹੁਣ ਆਲੂ ਛੋਲੇ ਤੁਸੀਂ ਕਹੋ ਹਾਂ ਕਿਸੇ ਨੂੰ ਪਲੇਟ ਦੇ ਦੇ ਆਲੂ ਛੋਲਿਆਂ ਦੀ, ਨਾ ਤੁਹਾਨੂੰ ਪਤਾ ਲੱਗਣਾ ਚਾਟ ਹੈ ਤੇ ਨਾ ਪਤਾ ਲੱਗਣਾ ਆਲੂ ਛੋਲੇ। ਬਈ ਸੁੱਕਾ ਦੁੱਧ ਲੈਣਾ ਰੁਪਈਏ ਦਾ, ਕੀ ਲੁੱਕ ਲੁੱਕ ਕੇ ਉਹਨੂੰ ਤਾਲੂ ਨਾਲ ਚੰਬੜ ਜਾਣਾ ਉਹਨੇ, ਉਹ ਮਹਾਰਾ ਹੀ ਨੀ ਰਹੀਆਂ, ਤਲੇ ਉਹਨੇ ਚਮੇ ਜਾਣਾ, ਮੁੜ ਕੇ ਸਾਰੀ ਦਿਹਾੜੀ ਇੰਜ ਕਰਦੇ ਰਹਿਣਾ, ਥੋੜਾ ਥੋੜਾ ਉੱਤੋਂ ਭੁਰਦਾ ਰਹਿਣਾ। ਬੜੀ ਗੱਲ ਆ ਜੀ, ਉਦੋਂ ਜਿਹੜਾ ਤਲੇ ਨਾਨ ਦਾ ਸਵਾਦ ਸੀ ਉਹ ਹੁਣ ਹੈ ਹੀ ਨੀ, ਹੁਣ ਵੀ ਉਹੀ ਆ, ਤਲੇ ਨਾ ਤਲਿਆ ਨਾਨ ਅੱਜ ਵੀ ਹੁੰਦਾ ਹੀ ਆ। ਜਾਂ ਤਾਂ ਜਾਨੀ ਖਾਨ ਤੁਸੀਂ ਤਲੇ ਨਾਨ ਦਾ ਕੀ ਫਰਕ ਪੈ ਜਾਣਾ, ਉਦੋਂ ਵੀ ਤਲਿਆ ਨਾਨ ਉਂਝ ਹੀ ਲੱਗਦਾ, ਤਲੇ ਨਾਨ ਦੇ ਉੱਤੇ ਹੁਣ ਕੀ ਕਰਨ ਲੱਗ ਪਏ, ਪੀਜ਼ਾ ਬਣਾ ਦਿੱਤਾ ਉਹਨਾਂ ਨੇ, ਤਲਿਆ ਨਾਨ ਅੱਜ ਵੀ ਤਲਿਆ ਨਾਨ। ਲਾਟੂ ਬੜੇ ਹੁੰਦੇ ਸੀ, ਜਾਨੀ ਸਾਹਿਬ ਮਸ਼ਵਰਾ ਛੋਟਾ ਜਿਹਾ ਦੇਣਾ, ਈਦ ਤੇ ਮੈਂ ਅਗਰ ਆਪਣਾ ਸ਼ੇਰ ਲੈ ਕੇ ਤੇ ਸਾਈਕਲ ਲੈ ਕੇ ਗਲੀਆਂ ਤਸਵੀਰਾਂ ਖਿੱਚਣ ਜਾਵਾਂ ਤਾਂ ਰਾਕੀ ਜੇਰਾ ਕੰਮ ਚੱਲੇਗਾ? ਯਾਰ ਈਦ ਤੇ ਤੇ ਬਖਸ਼ ਦੇ ਲੋਕਾਂ ਨੂੰ ਅੱਲਾ ਦੇਆ ਬੰਦੇ ਆ, ਤਸਵੀਰਾਂ ਕਿੱਥੇ ਖਿੱਚਣੀਆਂ ਵਾ, ਉਹ ਫਟਾ ਨਹੀਂ ਨਾ ਆਉਂਦੇ ਹੁਣ। ਮੈਂ ਤਾਂ ਕਹਿੰਦਾ ਤੂੰ ਕਿਤੇ ਰਾਤ ਨੂੰ 2 ਵਜੇ ਜਾਂਦਾ ਹੋਵੇ ਤੇਰੇ ਕੋਲ ਕੈਮਰਾ ਖਿੱਚ ਲੈ ਕੋਈ,